ਵਿਜੀਲੈਂਸ ਵਿਭਾਗ ਪਟਿਆਲਾ ਵੱਲੋਂ ਘਨੌਰ ਵਿੱਚ ਤਾਇਨਾਤ ਇੱਕ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਪਟਵਾਰੀ ਤੇ ਦੋਸ਼ ਨੇ ਕਿ ਉਹਨੇ ਜ਼ਮੀਨ ਦੇ ਇੰਤਕਾਲ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਤੇ ਅੱਜ 4000 ਰੁਪਏ ਮੁਦਈ ਵੱਲੋਂ ਦੇਣੇ ਸੀ ਤੇ ਜਦੋਂ ਸ਼ਿਕਾਇਤਕਰਤਾ ਵੱਲੋਂ ਘਨੌਰ ਵਿਖੇ ਪੈਸੇ ਦਿੱਤੇ ਗਏ ਤਾਂ ਵਿਜੀਲੈਂਸ ਨੇ ਪਟਵਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਕੰਪਲੇਂਟ ਵਸੀਅਤ ਦਾ ਇੰਤਕਾਲ ਦਰਜ ਕਰਨਾ ਸੀ ਉਹਨੇ, ਜਿਹਦੇ ਬਦਲੇ ਉਹਨੇ ਇੰਤਕਾਲ ਦਰਜ ਕਰਨ ਬਦਲੇ ਉਹਨੇ ਪਹਿਲਾਂ 5000 ਦੀ ਡਿਮਾਂਡ ਕੀਤੀ ਸੀ, ਫਿਰ ਇਹਨੇ ਜਾ ਕੇ ਕੰਪਲੇਨ ਨੇ ਕਿਹਾ ਵੀ ਨਹੀਂ ਮੈਂ ਬਹੁਤ ਗਰੀਬ ਹਾਂ, ਜਿੱਥੇ ਇਹਨਾਂ ਸੌਦਾ 4000 ਵਿੱਚ ਤੈਅ ਹੋਇਆ ਅਤੇ 4000 ਦੇ ਵਿੱਚ ਜਿਹੜਾ ਸੌਦਾ ਤੈਅ ਹੋਇਆ ਤਾਂ ਰੰਗੇ ਹੱਥੀਂ ਖੜਾ ਗਿਆ। ਪਹਿਲਾਂ ਵੀ ਕੋਈ ਇੱਦਾਂ ਦਾ ਕਰਦਾ ਰਿਹਾ? ਪਹਿਲੀ ਵਾਰ ਤੰਗ ਕੀਤਾ ਨਹੀਂ, 3:30 ਤੋਂ ਪਹਿਲੀ ਵਾਰੀ ਆਇਆ ਸੀ ਅਤੇ ਪਹਿਲੀ ਵਾਰੀ ਇਹਨਾਂ ਨੂੰ ਤੰਗ ਕੀਤਾ ਸੀ ਪੈਸੇ। ਪਟਿਆਲਾ ਤੋਂ ਹਜ਼ਾਰ ਟੀਵੀ ਨਿਊਜ਼ ਦੇ ਲਈ ਬਲਜੀਤ ਸਰਨਾ ਦੇ ਨਾਲ ਵਰਿੰਦਰ ਸੈਣੀ ਦੀ ਰਿਪੋਰਟ।